ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਮੈਂ ਸਿਮਰਨਜੀਤ ਸਿੰਘ ਮਾਨ ਆਪ ਦਾ ਦਾਸ ਆਪਣੇ ਪਿੰਡ ਕਿਲ੍ਹਾ ਸਰਦਾਰ ਹਰਨਾਮ ਸਿੰਘ ਤੋਂ ਅੱਜ ਮਿਤੀ 4 ਤਰੀਕ ਮਾਰਚ ਦੀ ਨੂੰ ਬੋਲ ਰਿਹਾ ਹਾਂ। ਸਾਡੀ ਪਾਰਟੀ ਨੂੰ ਅਤੇ ਸਾਰੀ ਸਿੱਖ ਕੌਮ ਨੂੰ ਬਹੁਤ ਖੁਸ਼ੀ ਹੋਊਗੀ ਜਾਣ ਕੇ ਕਿ ਵਾਰਿਸ ਪੰਜਾਬ ਦੀ ਜਿਹੜੀ ਸਰਦਾਰ ਦੀਪ ਸਿੰਘ ਸਿੱਧੂ ਦੀ ਬਹੁਤ ਤਕੜੀ ਜਥੇਬੰਦੀ ਸੀਗੀ, ਜਿਹਦਾ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਹੈ ਕਿ ਅੱਜ ਸਰਦਾਰ ਸਿੱਧੂ ਸਾਡੇ ਕੋਲ ਨਹੀਂ ਹਨਗੇ, ਪਰ ਜੋ ਕੁਛ ਉਹਨਾਂ ਦਾ ਵਿਰਸਾ ਹੈ, ਜੋ ਕੁਛ ਉਹਨਾਂ ਦੀ ਸੋਚ ਹੈ, ਉਹ ਹੁਣ ਅੱਗੇ ਚੱਲ ਪਈ ਹੈ ਅਤੇ ਵਾਰਿਸ ਪੰਜਾਬ ਦਿਆਂ ਨੇ ਮੀਟਿੰਗ ਕਰਕੇ ਸਰਦਾਰ ਅੰਮ੍ਰਿਤਪਾਲ ਸਿੰਘ ਦੁਬਈ ਨੂੰ ਆਪਣਾ ਪ੍ਰਧਾਨ ਚੁਣਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਜਿਵੇਂ ਪਹਿਲਾਂ ਸਰਦਾਰ ਸਿੱਧੂ ਨਾਲ ਚੱਲਦੀ ਰਹੀ ਹੈ, ਇਸੇ ਤਰ੍ਹਾਂ ਹੀ ਸਾਡੀ ਪੂਰੀ ਸਪੋਰਟ ਇਸ ਜਥੇਬੰਦੀ ਨੂੰ ਹੋਊਗੀ। ਅਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਜਿਹੜਾ ਛੇਤੀ ਇਹ ਫੈਸਲਾ ਕੀਤਾ ਗਿਆ, ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ ਜਿਹੜੀਆਂ ਜਥੇਬੰਦੀਆਂ ਜਾਂ ਹਕੂਮਤਾਂ ਕਰਨਾ ਚਾਹੁੰਦੀਆਂ। ਅਤੇ ਇਹ ਗੱਠਜੋੜ ਜਿਹੜਾ ਹੈ ਇਹ ਜਿਉਂ ਦੀ ਤਿਉਂ ਰਹੂਗਾ ਜਿਵੇਂ ਸਰਦਾਰ ਸਿੱਧੂ ਦੇ ਵੇਲੇ ਸੀਗਾ। ਸੋ ਇਹਨਾਂ ਸ਼ਬਦਾਂ ਦੇ ਨਾਲ ਸਾਰੀ ਕੌਮ ਨੂੰ ਵਧਾਈ ਦਿੰਦਾ ਹੋਇਆ ਅਤੇ ਸਰਦਾਰ ਅੰਮ੍ਰਿਤਪਾਲ ਸਿੰਘ ਨੂੰ ਪੂਰਾ ਭਰੋਸਾ ਦਿੰਦਾ ਹੋਇਆ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ। ਮੈਂ ਆਪ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।